ਸਾਡੇ ਘਰ ਇੱਕੋ ਹੀ ਮੱਝ ਰਹਿ ਗਈ ਸੀ, ਉਹਨਾਂ ਨੇ ਆਪਦੀ ਆਖਰੀ ਮੱਝ ਵੀ ਵੇਚਤੀ ਮੇਰੀ ਐਡਮਿਸ਼ਨ ਵਾਸਤੇ ਵੀ ਜਾ ਤੂੰ ਪੜ੍ਹ ਕੇ ਆ। ਕੁਛ ਕੁੜੀਆਂ ਵਿਚਾਰੀਆਂ ਪਰਾਠੇ ਵਗੈਰਾ ਲਿਆਂਦੀਆਂ, ਕੁਛ ਉਹਨਾਂ ਦੇ ਖਾਣੇ 'ਚ ਖਾਣਾ ਖਾ ਕੇ ਸਾਰ ਲੈਣਾ। ਚਾਹ ਦਾ ਕੱਪ ਲਈ ਕੋਈ ਪੈਸਾ ਨਹੀਂ ਹੁੰਦਾ ਸੀ। ਮੈਸ 'ਚ ਆ ਕੇ ਵੀ ਕੋਸ਼ਿਸ਼ ਇਹ ਹੁੰਦੀ ਸੀ ਵੀ ਜ਼ਿਆਦਾ ਨਾ ਖਾਇਆ ਜਾਵੇ, ਨਹੀਂ ਤਾਂ ਮੈਸ ਵੈਲ ਜ਼ਿਆਦਾ ਆਊਗਾ। ਸਾਡੇ ਨਾਲ ਹੀ ਕੁਛ ਬਹੁਤ ਅਮੀਰ ਲੋਕਾਂ ਦੇ ਬੱਚੇ ਵੀ ਪੜ੍ਹਨ ਆਉਂਦੇ ਸੀ, ਜਿਨ੍ਹਾਂ ਨੂੰ ਇੱਕ ਕਾਰ ਛੱਡ ਕੇ ਜਾਂਦੀ ਸੀ ਕਾਲਜ ਔਰ ਦੂਜੀ ਕਾਰ ਲੈ ਕੇ ਜਾਂਦੀ ਸੀ। ਔਰ ਅਸੀਂ ਤਕਰੀਬਨ ਚੱਪਲਾਂ 'ਚ ਕੁੜਤੇ ਪਜਾਮਿਆਂ 'ਚ ਲੋਰਾ 2-2.5 ਕਿਲੋਮੀਟਰ ਦੂਰ ਕਾਲਜ ਸੀਗਾ ਹੋਸਟਲ ਤੋਂ। ਸਾਡੇ ਕੋਲ ਪੈਦਲ ਜਾਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੁੰਦਾ ਸੀ। ਔਰ ਬਾਅਦ 'ਚੋਂ ਜਿਵੇਂ ਜਿਵੇਂ ਪੜ੍ਹਾਈ ਕੰਪਲੀਟ ਹੁੰਦੀ ਗਈ, ਉਹ ਬੱਚੇ ਸਾਡੇ ਕਰੀਬ ਆਉਂਦੇ ਗਏ ਜਿਹੜੇ ਪਹਿਲਾਂ ਸ਼ਰਮ ਫੀਲ ਕਰਦੇ ਸੀ, ਸ਼ਾਇਦ ਪਿੰਡਾਂ 'ਚੋਂ ਆਏ, ਇਹਨਾਂ ਨੂੰ ਕੀ ਪਤਾ। ਇੰਟਰਨੈਸ਼ਨਲ ਏਅਰਪੋਰਟ ਜਿਹੜਾ ਬਣਿਆ ਹੈਗਾ ਚੰਡੀਗੜ੍ਹ, ਤਾਂ ਉਹਦੇ ਜਿੰਨੇ ਪੋਰਟਰੇਟ ਲੱਗੇ ਉਹ ਸਾਰੇ ਮੈਂ ਕੀਤੇ ਹੋਏ ਹੈਗੇ। ਵੈਨਿਸ ਦੇ ਵਿੱਚ ਇਟਲੀ ਦੇ ਵਿੱਚ ਇੱਕ ਆਰਕੀਟੈਕਟ ਦੀ ਐਗਜੀਬਿਸ਼ਨ ਲੱਗਦੀ ਹੈ, ਉਹਦੇ ਵਾਸਤੇ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਤਾਂ ਮੈਂ 15 ਲੱਖ ਰੁਪਈਆ ਕਮਾਇਆ। ਜਿੱਥੇ ਰਹਿੰਦੇ ਮੈਂ ਕਾਫੀ ਸੈਲੀਬ੍ਰਿਟੀਜ਼ ਨੂੰ ਮਿਲਿਆ, ਉਹਨਾਂ ਦੇ ਪੋਰਟਰੇਟਸ ਕੀਤੇ। ਅਮਰੀਕਾ ਤੋਂ ਇੱਕ ਆਰਟਿਸਟ ਸੀਗੇ ਲੋਗਨ, ਜਿਹਦੇ ਨਾਲ ਮੈਂ ਕੰਮ ਕੀਤਾ। ਪ੍ਰੈਜੈਂਟ ਟਾਈਮ ਮੈਂ ਇੱਕ ਸਾਡੇ ਹਿਸਟੋਰੀਕਲ ਗੁਰਦੁਆਰਾ ਹੈਗਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ, ਉੱਥੇ ਜਿਹੜੇ ਲੋਕ ਪੱਖੀ ਸਿੱਖ ਵਾਰੀਅਰ ਹੋਏ ਜਿਵੇਂ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲਵਾ ਵਰਗੇ, ਉਹ ਉਹਨਾਂ ਦੇ ਪੋਰਟਰੇਟ ਘੋੜਿਆਂ ਸਮੇਤ ਬਣਨ ਦੇ ਉੱਤੇ ਸਕਲਚਰ। ਅਸੀਂ ਸਪੇਸ ਲਈ ਹੋਈ ਆ ਪਿੰਡ ਦੇ ਵਿੱਚ, ਪਰ ਮੇਰੀ ਇੱਛਾ ਇਹ ਹੈ, ਮੈਂ ਪਿੰਡ ਆਇਆ, ਮੈਂ ਜਗ੍ਹਾ ਉਹ ਇਸ ਲਈ ਲਈ ਆ ਵੀ ਉੱਥੇ ਮੈਂ ਆਪਦਾ ਸਟੂਡੀਓ ਬਣਾਵਾਂ ਔਰ ਜਿਹੜੇ ਬੱਚੇ ਸਿੱਖਣਾ ਚਾਹੁੰਦੇ ਆ ਉਹ ਮੇਰੇ ਕੋਲ ਆਉਣ, ਸਿੱਖਣ ਵੀ ਤੁਸੀਂ ਇੱਥੇ ਰਹਿ ਕੇ ਕਿਵੇਂ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦੇ ਹੋ। ਮੇਰੇ ਮਦਰ ਆ ਜਿਹੜੇ, ਉਹਨਾਂ ਦੇ ਹੱਥ ਵਿੱਚ ਇੱਦਾਂ ਦੀ ਕ੍ਰੀਏਟੀਵਿਟੀ ਕਾਫੀ ਸੀ ਔਰ ਉਹਨੂੰ ਮੈਂ ਬਚਪਨ ਤੋਂ ਦੇਖਦਾ ਹੁੰਦਾ ਸੀ। ਮਤਲਬ ਸ਼ੁਰੂ ਤੋਂ ਇਨਫਲੂਐਂਸ ਕਰਦੀਆਂ ਸੀ, ਇਹ ਚੀਜ਼ਾਂ ਮੈਨੂੰ ਪ੍ਰਭਾਵਿਤ ਕਰਦੀਆਂ ਸੀ। ਫਿਰ ਮੈਂ ਇੱਕ ਫੰਕਸ਼ਨ 'ਤੇ ਗਿਆ, ਉੱਥੇ ਮੇਰੇ ਦੋਸਤ ਨਾਲ, ਉੱਥੇ ਬਹੁਤ ਜ਼ਿਆਦਾ ਆਰਟ ਕਾਲਜ ਦੇ ਸਟੂਡੈਂਟ ਆਏ ਹੋਏ ਸੀ, ਚੰਡੀਗੜ੍ਹ ਫਾਈਨ ਆਰਟ ਕਾਲਜ ਦੇ। ਉਹਨਾਂ ਤੋਂ ਮੈਨੂੰ ਆਰਟ ਕਾਲਜ ਬਾਰੇ ਪਤਾ ਲੱਗਿਆ। 2010 'ਚ ਮੇਰੀ ਐਡਮਿਸ਼ਨ ਹੋ ਗਈ। ਮੇਰੇ ਘਰ ਦੀ ਗੱਲ ਕਰੀਏ ਤਾਂ ਮੇਰੇ ਮਾਂ-ਬਾਪ ਤਾਂ ਪੜ੍ਹੇ ਲਿਖੇ ਨਹੀਂ ਹੈਗੇ ਸੀਗੇ ਔਰ ਮੇਰੇ ਦਾਦਾ ਜੀ ਵੀ ਨਹੀਂ ਪੜ੍ਹੇ ਲਿਖੇ ਸੀਗੇ ਔਰ ਆਮ ਖੇਤ ਮਜ਼ਦੂਰ ਹੈਗੇ ਉਹ ਸੀਗੇ। ਮੇਰੇ ਪਾਪਾ ਵੀ ਬਹੁਤ ਮਿਹਨਤੀ ਇਨਸਾਨ ਸੀਗੇ ਔਰ ਮੇਰੇ ਦਾਦਾ ਜੀ ਵੀ, ਔਰ ਇਸ ਤੋਂ ਇਲਾਵਾ ਮੇਰੇ ਮਦਰ ਬਹੁਤ ਮਿਹਨਤੀ ਸੀਗੇ। ਕਿਉਂਕਿ ਜਦੋਂ ਮੈਂ ਆਰਟ ਕਾਲਜ ਮਾਸਟਰ ਡਿਗਰੀ 'ਚ ਐਡਮਿਸ਼ਨ ਲੈਣ ਗਿਆ, ਸਾਡੇ ਘਰ ਇੱਕੋ ਹੀ ਮੱਝ ਰਹਿ ਗਈ ਸੀ, ਉਹਨਾਂ ਨੇ ਆਪਦੀ ਆਖਰੀ ਮੱਝ ਵੀ ਵੇਚਤੀ ਮੇਰੀ ਐਡਮਿਸ਼ਨ ਵਾਸਤੇ ਵੀ ਜਾ ਤੂੰ ਪੜ੍ਹ ਕੇ ਆ। ਪਰ ਉਹਨਾਂ ਨੇ ਬਹੁਤ ਸੈਕਰੀਫਾਈ ਕੀਤੇ ਮੇਰੇ ਲਈ। ਜਦੋਂ ਮੈਂ ਕਾਲਜ ਗਿਆ ਤਾਂ ਫੀਸਾਂ ਬਹੁਤੀਆਂ ਵੀ ਨਹੀਂ ਹੁੰਦੀਆਂ ਸੀ, ਪਰ ਬਹੁਤੀਆਂ ਵੀ ਸੀ। ਮਤਲਬ ਗਰੀਬ ਬੱਚੇ ਲਈ ਜਿਹਦੇ ਪਿੱਛੇ ਕੋਈ ਨਹੀਂ, ਬਹੁਤੀਆਂ ਹੁੰਦੀਆਂ ਉਹਦੇ ਲਈ ਕੀ ਕਰੂਗਾ ਉਹ। ਉਹਦੇ 'ਚ ਕੁਛ ਦੋਸਤ ਹੈਲਪ ਕਰਦੇ ਰਹੇ। ਇੱਕ ਮੇਰੇ ਬ੍ਰਦਰ ਹੈਗੇ, ਉਹ ਜੋਬ ਕਰਦੇ ਸੀ, ਥੋੜ੍ਹੀ ਬਹੁਤੀ ਪ੍ਰਾਈਵੇਟ ਜੋਬ ਕਰਦੇ ਸੀ, ਉਹ ਥੋੜ੍ਹੀ ਬਹੁਤੀ ਹੈਲਪ ਕਰ ਪਾਉਂਦੇ ਸੀ ਵਿਚਾਰੇ। ਇਸ ਤੋਂ ਇਲਾਵਾ ਜਿਹੜਾ ਰਹਿਣਾ ਖਾਣਾ, ਉਹਦੇ ਖਰਚੇ ਜ਼ਿਆਦਾ ਸੀਗੇ। ਸਾਡੇ ਕੋਲ ਪੈਦਲ ਜਾਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੁੰਦਾ ਸੀ। 2-2.5 ਕਿਲੋਮੀਟਰ ਦੂਰ ਕਾਲਜ ਸੀਗਾ ਹੋਸਟਲ ਤੋਂ, ਪੈਦਲ ਜਲਦੀ ਜਾਣਾ ਔਰ ਫਿਰ ਉੱਧਰੋਂ ਆਉਣਾ ਜਲਦੀ। ਦੁਪਹਿਰ ਦੇ ਟਾਈਮ 'ਤੇ ਕੁਛ ਕੁੜੀਆਂ ਵਿਚਾਰੀਆਂ ਪਰਾਠੇ ਵਗੈਰਾ ਲਿਆਂਦੀਆਂ, ਕੁਛ ਉਹਨਾਂ ਦੇ ਖਾਣੇ 'ਚੋਂ ਖਾਣਾ ਖਾ ਕੇ ਸਾਰ ਲੈਣਾ। ਚਾਹ ਦਾ ਕੱਪ ਪੀਣ ਲਈ ਕੋਈ ਪੈਸਾ ਨਹੀਂ ਹੁੰਦਾ ਸੀ। ਔਰ ਮੈਸ 'ਚ ਆ ਕੇ ਵੀ ਕੋਸ਼ਿਸ਼ ਇਹ ਹੁੰਦੀ ਸੀ ਵੀ ਜ਼ਿਆਦਾ ਨਾ ਖਾਇਆ ਜਾਵੇ, ਨਹੀਂ ਤਾਂ ਮੈਸ ਵੈਲ ਜ਼ਿਆਦਾ ਆਊਗਾ। ਜਦੋਂ ਕਾਲਜ 'ਚ ਅਸੀਂ ਪੜ੍ਹਦੇ ਸੀ, ਸਾਡੇ ਨਾਲ ਹੀ ਕੁਛ ਬਹੁਤ ਅਮੀਰ ਲੋਕਾਂ ਦੇ ਬੱਚੇ ਵੀ ਪੜ੍ਹਨ ਆਉਂਦੇ ਸੀ, ਜਿਨ੍ਹਾਂ ਨੂੰ ਇੱਕ ਕਾਰ ਛੱਡ ਕੇ ਜਾਂਦੀ ਸੀ ਕਾਲਜ ਔਰ ਦੂਜੀ ਕਾਰ ਲੈ ਕੇ ਜਾਂਦੀ ਸੀ ਬਦਲ ਕੇ। ਜਾਂ ਫਿਰ ਇਹੋ ਜਿਹੇ ਕਾਲਜ ਸਟੂਡੈਂਟ ਸੀ ਕੁਛ, ਜਿਵੇਂ ਐਕਟਰਾਂ ਦੇ ਬੱਚੇ ਸੀਗੇ, ਔਰ ਉਹ ਸਵੇਰੇ ਤੋਂ ਗੱਡੀ ਲੈ ਕੇ ਆਉਂਦੀ ਸੀ, ਉਹਨਾਂ ਨੂੰ ਖੜ੍ਹਾ ਰਹਿੰਦਾ ਸੀ ਡਰਾਈਵਰ, ਔਰ ਸ਼ਾਮ ਨੂੰ ਲੈ ਕੇ ਜਾਂਦੇ ਸੀ। ਔਰ ਅਸੀਂ ਤਕਰੀਬਨ ਚੱਪਲਾਂ 'ਚ ਕੁੜਤੇ ਪਜਾਮਿਆਂ 'ਚ ਲੋਰਾਂ 'ਚ ਐਵੇਂ ਜਾਂਦੇ ਰਹੇ ਹਾਂ, ਪੜ੍ਹਦੇ ਰਹੇ ਹਾਂ। ਇੱਕ ਜਿਹੜਾ ਮੇਰਾ ਸਬਜੈਕਟ ਸੀ, ਇਹਦੇ ਵਿੱਚ ਇਹ ਸੀਗਾ ਵੀ ਇਹਦਾ ਜਿਹੜਾ ਰॉ ਮਟੀਰੀਅਲ ਹੈ ਉਹ ਕਾਫੀ ਮਹਿੰਗਾ ਹੁੰਦਾ, ਤਾਂ ਇਹ ਵੀ ਤਕਰੀਬਨ ਸਾਰਾ ਮੈਂ ਉੱਥੋਂ ਜੁਗਾੜ ਲਾ ਕੇ ਕੁਛ ਸੀਨੀਅਰਸ ਦੇ ਜਿਹੜੇ ਕੰਮ ਬਚੇ ਹੁੰਦੇ ਆ ਉਹਨਾਂ ਨੂੰ ਲੈ ਕੇ ਕੰਮ ਕਰਦਾ ਰਿਹਾ ਔਰ ਇੱਦਾਂ ਹੀ ਪੈਸੇ ਪੁੱਛੇ ਜੁਟਾ ਕੇ ਕੁਛ ਕੰਮ ਕੱਢ ਕੇ ਆਪਦੇ ਨਾਲ ਹੈਲਪ ਕਰਕੇ ਸੀਨੀਅਰਾਂ ਦੇ ਕੰਮ ਦੇ ਵਿੱਚ ਕਰਕੇ ਇਕੱਠਾ ਕਰਕੇ ਕੰਮ ਕਰਦਾ ਰਿਹਾ ਜੀ। ਉਦੋਂ ਵਿਸ਼ਵਾਸ ਹੁੰਦਾ ਸੀ ਇਹ ਵੀ ਹਾਂ ਵੀ ਆਪਾਂ ਇਹਨਾਂ ਨੂੰ ਕੰਪੀਟ ਕਰ ਲਾਂਗੇ? ਬਿਲਕੁਲ ਜੀ, ਵਿਸ਼ਵਾਸ ਤਾਂ ਪੱਕਾ ਸੀ ਉਦੋਂ ਵੀ ਅਸੀਂ ਅੱਗੇ ਨਿਕਲਾਂਗੇ ਔਰ ਕਰਾਂਗੇ। ਉਹਦੇ 'ਚ ਕੁਛ ਇਹ ਨਹੀਂ ਆ ਵੀ ਅਸੀਂ ਉਹਨਾਂ ਨੂੰ ਹਰਾਉਣਾ ਜਾਂ ਕੁਛ ਹੋਰ। ਹਾਂ, ਇੱਕ ਕੰਪੀਟੀਸ਼ਨ ਸੀ ਔਰ ਬਾਅਦ 'ਚੋਂ ਜਿਵੇਂ ਜਿਵੇਂ ਪੜ੍ਹਾਈ ਕੰਪਲੀਟ ਹੁੰਦੀ ਗਈ, ਉਹ ਬੱਚੇ ਸਾਡੇ ਕਰੀਬ ਆਉਂਦੇ ਗਏ, ਹੈ ਨਾ। ਜਿਹੜੇ ਕਦੇ ਨੇੜੇ ਨਹੀਂ ਸੀ ਹੁੰਦੇ, ਉਹ ਨੇੜੇ ਆਉਂਦੇ ਗਏ। ਫਿਰ ਉਹ ਕਹਿਣ ਲੱਗ ਗਏ, ਹਾਂ ਇਹ ਸਾਡਾ ਦੋਸਤ ਹੈ, ਇਹ ਸਾਡਾ ਮਿੱਤਰ ਹੈ। ਜਿਹੜੇ ਪਹਿਲਾਂ ਸ਼ਰਮ ਫੀਲ ਕਰਦੇ ਸੀ, ਸ਼ਾਇਦ ਪਿੰਡਾਂ 'ਚੋਂ ਆਏ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਬੋਲਣਾ ਨਹੀਂ ਆਉਂਦਾ, ਜਾਂ ਇਹ ਪੰਜਾਬੀ ਬੋਲਦੇ ਆ, ਜਾਂ ਫਲਾਨਾ ਇਹ ਦੇਸੀ ਬੋਲਦੇ ਆ। ਫਿਰ ਉਹ ਹੌਲੀ ਹੌਲੀ ਜਦੋਂ ਮਿਹਨਤ ਵੱਧਦੀ ਗਈ काम निखरता गया, फिर वो हौली हौली नेड़े आने शुरू हो गया अपने आप। और तकरीबन हर एक साल मैं टॉप करता सी। फिर फर्स्ट ईयर मास्टर शुरू होनी सी, उहदे वास्ते भी एक इंटरव्यू होंदी आ, काम दिखाने पैंदे आ और उहदे च मेरा फर्स्ट रैंक आया। मास्टर सैकेंड ईयर दे विच जदों कर रहा सीगा मैं, साडे कॉलेज नूं एक प्रोजेक्ट मिलिया इंटरनेशनल एयरपोर्ट जिहड़ा बनया हैगा चंडीगढ़, तो उहदे जिन्ने पोर्ट्रेट लगे वो सारे मैं कीते होए आगे। वैनिस दे विच इटली दे विच एक आर्कीटैक्ट दी एग्जीबिशन लगदी आ, इंडिया दे विचों चंडीगढ़ का रॉक गार्डन सिलैक्ट होया सी, उस लैके जाना तो वह एक छोटा मॉडल बनना सी। ਉਹਦੇ ਵਾਸਤੇ ਉਹਨਾਂ ਨੇ ਮੈਨੂੰ ਸਿਲੈਕਟ ਕੀਤਾ। ਤਾਂ ਜਦੋਂ ਮੈਂ ਕਾਲਜ ਤੋਂ ਬਾਹਰ ਨਿਕਲਿਆ ਤਾਂ ਮੈਂ 15 ਲੱਖ ਰੁਪਇਆ ਕਮਾਇਆ। ਜਿੰਨੇ ਵੀ ਮੇਰੇ ਦੋਸਤਾਂ ਨੇ, ਕਿਸੇ ਨੇ ਵੀ ਮੇਰੀ ਹੈਲਪ ਕੀਤੀ ਸੀ, ਸਾਰਿਆਂ ਦੇ ਪੈਸੇ ਵਾਪਸ ਕੀਤੇ ਮੈਂ, ਜਿਨ੍ਹਾਂ ਨੂੰ ਜ਼ਰੂਰਤ ਸੀ ਉਹਨਾਂ ਨੂੰ ਵੀ ਦਿੱਤੇ। ਜਦੋਂ ਹੀ ਮੈਂ ਕਾਲਜ ਤੋਂ ਪਾਸ ਆਊਟ ਹੋਇਆ, ਮੈਂ ਬੈਂਗਲੌਰ ਡਰਟੀ ਹੈਂਡ ਕਰਕੇ ਇੱਕ ਸਟੂਡੀਓ ਕਰਕੇ ਕੰਪਨੀ ਆ, ਉਹਨਾਂ ਨਾਲ ਸਿਲੀਕੌਨ ਦਾ ਕੰਮ ਕਰਨ ਗਿਆ, ਜਿੱਥੇ ਰਹਿੰਦੇ ਮੈਂ ਕਾਫੀ ਸੈਲੀਬ੍ਰਿਟੀਜ਼ ਨੂੰ ਮਿਲਿਆ, ਉਹਨਾਂ ਦੇ ਪੋਰਟਰੇਟਸ ਕੀਤੇ। ਅਮਰੀਕਾ ਤੋਂ ਇੱਕ ਆਰਟਿਸਟ ਸੀਗੇ ਲੋਗਨ, ਜਿਹਦੇ ਨਾਲ ਮੈਂ ਕੰਮ ਕੀਤਾ, वो तकरीबन अपन फिल्मों प्रोस्थेटिक वर्क करते ही रहते हैं। शाहरुख खान, ऋतिक रोशन, अक्षय कुमार, अनिल कपूर, इस तो अलावा जो फीमेल एक्टर है करीना कपूर, आलिया भट्ट भी सी, अनिल कपूर की बेटी भी सी, भी बनाया। एक सैलीब्रिटी म्यूजियम बनया बॉम्बे, अमेजिका नाम का एक उत्थे मॉल है बहुत वड्डा, वो ਉਹਦੇ ਲਈ ਉਹਨਾਂ ਦੇ ਪੋਰਟਰੇਟ ਬਣੇ ਸੀ। ਇਹ ਧਰਮਾ ਪ੍ਰੋਡਕਸ਼ਨ ਦਾ ਕੰਮ ਸੀ। ਬੀਕਾਨੇਰ ਰੇਲਵੇ ਡਿਪਾਰਟਮੈਂਟ ਦਾ ਕਾਫੀ ਕੰਮ ਕੀਤਾ ਸਟੇਸ਼ਨਾਂ 'ਤੇ, ਔਰ ਬੀਕਾਨੇਰ ਐਡਮਿਨਿਸਟ੍ਰੇਸ਼ਨ ਦੇ ਕੰਮ ਸੀ, ਉੱਥੋਂ ਦੇ ਜਿਹੜੇ ਚੁਰਾਹੇ ਆ ਜਿੰਨੇ ਵੀ, ਤਾਂ ਉਹਨਾਂ 'ਚ ਕੰਮ ਲੱਗੇ ਹੋਏ ਆ, ਉਹ ਤਕਰੀਬਨ ਸਾਰੇ ਮੈਂ ਕੀਤੇ ਹੈਗੇ। ਦੇਸ਼ਭਗਤ ਯਾਦਗਾਰ ਹਾਲ ਜਲੰਧਰ ਬੁਲਾਇਆ ਕਮੇਟੀ ਨੇ, ਔਰ ਜਿਹੜਾ ਦੇਸ਼ਭਗਤ ਯਾਦਗਾਰ ਹਾਲ ਮਿਊਜ਼ੀਅਮ ਹੈ ਉਹਦਾ ਕੰਮ ਉਹਨਾਂ ਨੇ ਮੈਨੂੰ ਦਿੱਤਾ ਸਕਲਪਚਰ ਦਾ, ਤਾਂ ਉਹਦਾ ਕੰਮ ਇਸ ਵਕਤ ਚੱਲ ਰਿਹਾ ਮੇਰੇ ਕੋਲ। ਪ੍ਰੈਜੈਂਟ ਟਾਈਮ ਮੈਂ एक साढ़े लोकल हिस्टोरीकल गुरुद्वारा हैगा जिथे गुरु गोबिंद सिंह जी ने जफरनामा लिखिया सी, उहदे नेड़े ही, तां उत्थे पुराना ट्रडिशनल जिद्दां दा काम हुंदा सी उहनूं उद्दां दा रीन्यूएट करके, और उहदे ते ਜਿਹੜੇ ਸਿੱਖ ਵਾਰੀਅਰ, ਜਿਹੜੇ ਲੋਕ ਪੱਖੀ ਸਿੱਖ ਵਾਰੀਅਰ ਹੋਇਆ ਜਿਵੇਂ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲਵਾ ਵਰਗੇ, ਉਹ ਉਹਨਾਂ ਦੇ ਪੋਰਟਰੇਟ ਘੋੜਿਆਂ ਸਮੇਤ ਬਣਨਗੇ ਉੱਥੇ ਸਕਲਪਚਰ। ਔਰ ਜਿਹੜੀ ਹਿਸਟਰੀ ਰਹੀ ਹੈ ਸਿੱਖਾਂ ਦੀ ਸਹੀ ਲੋਕ ਪੱਖੀ, ਉਹਦੇ ਨਾਲ ਰਿਲੇਟਡ ਉੱਥੇ ਰਿਲੀਫ ਮਿਊਰਲ ਬਣਨਗੇ। ਪਿਛਲੇ ਦਿਨੀ ਸਾਡੇ ਪਿੰਡ ਇੱਕ ਓਪਨ ਆਰਟ ਗੈਲਰੀ ਬਣਾਈ ਆ ਬੱਸ ਸਟੈਂਡ ਦੇ ਨੇੜੇ। ਹੁਣ ਉਸ ਤੋਂ ਥੋੜ੍ਹਾ ਜਿਹਾ ਇਨਫਲੂਐਂਸ ਹੋ ਕੇ ਜਿਹੜੇ ਪੰਜਾਬ ਪਲਸ ਮੰਚ ਵਾਲੇ ਆ, ਉਹਨਾਂ ਨੇ ਮੈਨੂੰ मजदूर डे ते सन्मानित किया और मैनू बड़ा अच्छा लगा भी मैं लोगों च स्वीकार होया। मैनू सब तो चंगा मेरी जिहड़ी प्राप्ति मैं इसनू मंनदा गा, और इस तो पहला काफ़ी मैनू इदां दे सन्मान मिले आ, होर भी कुछ हैगे सी। चंडीगढ़ दे विच भी इदां होया, नेक चंद अवार्ड भी मैनू मिलिया। मैं कहूँगा जे किसी दे विच अग है, कंडा है, वो जाना चाहुंदा अगे तां कुछ भी रोक नहीं सकता। एक बारी सिर डा दो, बस निकलिया जाऊगा कि कोई एड्डी गल नहीं है। मैं यही किया, और मेरे नाल काफ़ी दोस्त आ जिन्हों दी मैं उदाहरण दे सकता जिन्होंने यही किया और उस स्थापित होए आ। अगे दे प्लान जी जिमें असी स्पेस लई हुई आ पिंड दे विच, उत्थे स्टूडियो क्रिएट करना, और मेरे फादर साहब नहीं हैगे और मेरा ये उदों तो ही मकसद सीगा भी मैं आपदी माँ दे नाल रहना और पिंड दे नाल जुड़ के रहना। मेरे वाइफ इस वक्त एज ए लॉयर प्रैक्टिस कर रहे हैं डिस्ट्रिक्ट कोर्ट बठिंडा एंड बरनाला, उन्होंने भी यही इच्छा है भी असी पिंड रहिए, पिंड जुड़े रहिए, क्योंकि पंजाब का कोई आर्ट कॉलेज नहीं हैगा। एक ही कॉलेज हैगा वो चंडीगढ़ का, वह भी आर्ट कॉलेज म्यो स्कूल ऑफ आर्ट, वो पहला लाहौर हुंदा सी, बंड वेले वो चंडीगढ़ आ गया। वैसे तो ज़्यादातर लोग बड़े शहरों में सैटल हुंदे आ, पर मेरी इच्छा यह है, मैं पिंड आया, मैं जगह वो इस लिए लई आ भी उत्थे मैं आपदा स्टूडियो बनावां और ਜਿਹੜੇ ਬੱਚੇ ਸਿੱਖਣਾ ਚਾਹੁੰਦੇ ਆ ਉਹ ਮੇਰੇ ਕੋਲੇ ਆਉਣ ਸਿੱਖਣ। ਜਿਹੜੇ ਬੱਚੇ ਇਸ ਗੱਲ ਤੋਂ ਵਾਂਝੇ ਆ, ਇਸ ਗਿਆਨ ਤੋਂ ਵੀ ਸ਼ਾਇਦ ਸ਼ਹਿਰਾਂ ਦੇ ਵਿੱਚ ਜਾ ਕੇ ਲਾਈਫ ਹੈ ਨਾ, ਔਰ ਜਾਂ ਹੁਣ ਜਿਵੇਂ ਕੈਨੇਡਾ ਨੂੰ ਜਾਣ ਦਾ ਕਰੇਜ਼ ਹੈ, ਕ੍ਰੀਏਟਿਵ ਕੁਛ ਨਹੀਂ ਰਿਹਾ, ਤਾਂ ਇਹੋ ਜਿਹਾ ਕੁਛ ਉਹਨਾਂ ਤੱਕ ਪਹੁੰਚਾਉਣਾ ਵੀ ਤੁਸੀਂ ਇੱਥੇ ਰਹਿ ਕੇ ਕਿਵੇਂ ਆਪਣੇ ਆਪ ਨੂੰ ਸਟੈਬਲਿਸ਼ ਕਰ ਸਕਦੇ ਹੋ। ਔਰ ਮੇਰਾ ਸਾਡਾ ਮੀਆਂ ਬੀਵੀ ਦਾ ਇਹੋ ਹੀ ਮਕਸਦ ਹੈ।